ਵੈਲਕਮ ਜੀ, ਕੀ ਹਾਲ ਹੈ? ਠੀਕ ਹੋ? ਤਬੀਅਤ ਸਿਆ ਠੀਕ ਹੈ? ਮੈਂ ਨਿਆਜ਼ ਅਹਿਮਦ, ਤੁਸੀਂ ਸਾਡੇ ਦੇ ਪਿਓ ਮੇਰੇ YouTube ਚੈਨਲ ਸਰੈਕੀ ਡੋਲਾ ਡਬਲ ਤੇ ਜੈ ਸਾਡੇ ਚੈਨਲ ਸਬਸਕ੍ਰਾਈਬ ਕਿਆ ਨਹੀਂ ਕੀਤਾ। ਅਗਰ ਤੁਸੀਂ ਸਾਡੇ ਚੈਨਲ ਦੇ ਨਵੇਂ ਤੇ ਜਦੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਕੇ ਨੋ ਵਲਾਗ ਰਹੇ ਨੇ ਵੀਡੀਓ ਸ਼ੁਰੂ ਹੋ ਗਿਆ। ਅੱਜ ਦੀ ਵੀਡੀਓ ਜਿਹੜੀ ਮਜ਼ੇਦਾਰ ਸੀ ਬਣਾ ਲਈ ਹੈ। ਅੱਛਾ ਜੀ, ਟਾਈਮ ਜਿਹਦਾ ਪੈ ਬਿਲਕੁਲ ਇੱਕ ਦਾ ਫੁੱਲ ਗਰਮੀ, ਮੁਲਤਾਨ ਦੀ ਗਰਮੀ ਦਾ ਤੁਹਾਨੂੰ ਮੈਂ ਪਤਾ ਕਿ ਮੁਲਤਾਨ ਦੀ ਗਰਮੀ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਅੱਜ ਈਦ ਦਾ ਦੂਜਾ ਦਿਨ ਹੈ ਅਤੇ ਮੁਲਤਾਨ ਦੇ ਵਿੱਚ ਬਿਲਕੁਲ ਸਨਾਟਾ ਹੈ। ਨਹੀਂ ਤਾਂ ਅਗਰ ਇਹ ਗਰਾਊਂਡ ਇੰਨਾ ਫੁੱਲ ਸ਼ੋਰ ਸ਼ਰਾਬਾ, ਸਾਰੇ ਲੜਕੇ ਹੁੰਦੇ ਨੇ ਮੈਚ ਵਗੈਰਾ ਖੇਡਣ ਆਉਂਦੇ ਆ, ਅਤੇ ਅੱਜ ਮੁਲਤਾਨ ਦੇ ਵਿੱਚ ਇਤਨੀ ਬਿਲਕੁਲ ਸ਼ੋਰ ਸ਼ਰਾਬਾ ਕਿਆ ਨਹੀਂ, ਬਿਲਕੁਲ ਸਨਾਟਾ ਹੈ। ਸਾਡੇ ਕੋਲ ਦੋ ਤਾਲੇ ਹਨ ਪਏ, ਇੱਕ ਤਾਲਾ ਅਸਾਂ ਕਮਰੇ ਵਾਲੇ ਕਮਰੇ ਕੋ ਮਾਰ ਦਿੱਤੇ ਤੇ ਠੀਕ ਹੈ, ਅਤੇ ਜਿਹੜਾ ਦੂਜਾ ਤਾਲਾ ਨਾ ਅਤੇ ਉਹ ਅਸਾਂ ਵੱਲ ਤਲੇ ਘੇਰ ਖੜੇ ਸੀੜੀਆਂ ਵਾਲਾ, ਇਹ ਤਾਲਾ ਸੋ ਮਾਰਨੇ। ਖੜੇ 20 ਰੁਪਏ ਕਿਲੇ ਬਰਫ ਘੱਟ ਨਹੀਂ ਮਿਲਦੀ, ਬਰਫ ਮਹਿੰਗੀ ਸੀਗੀ ਨਾ, ਹੁਣ ਅਸਾਂ ਆ ਗਏ ਆਪਣੇ ਫੱਟੇ ਤੇ ਤੇ ਹਾਲੀ ਬਰਫ ਆਈ ਕਹਿ ਰਹੀ, ਬਰਫ ਦੀ ਇੰਤਜ਼ਾਰ ਹੈ। ਬਰਫ ਸਾਹਿਬ ਨੇ ਬਲਾ ਕਰੇ ਨਾ ਸਰ ਕੰਮ, ਹਾਲੀ ਬਰਫ ਆਈ ਕਹਿ ਨਹੀਂ, ਕੂਲਰ ਪਹਿਲੇ ਆਇਆ ਤੇ ਬੰਦਾ ਦੇ ਕੇ ਸਾਹ ਤੂੰ ਬਰਫ ਦਿਓ, ਮੈਂ ਬਰਫ ਸਾਹਿਬ ਨੇ ਵੱਲ ਦੇ ਤੂੰ ਬਰਫ ਆਉਣ ਵਾਲੀ, ਬਰਫ ਸਾਹਿਬ ਨੇ ਵੱਲ ਬਰਫ ਦੇਣੇ ਪਏ। ਚਾਚਾ ਬੋਲਾ ਜਿਵੇਂ ਸਾਡੇ ਸਭ ਕੋਈ ਨਹੀਂ ਇੰਤਜ਼ਾਰ ਹੀ ਬਰਫ 'ਚ ਆਏ, ਇਹਦੀ ਉਮਰ ਦੇ ਜਿਹਨੂੰ 55 ਸਾਲ ਹੋਵੇ ਲੱਗਦਾ ਛੁਆਰੇ, ਪਤਾ ਲੱਗਦਾ 20 ਸਾਲ ਦੀ ਉਮਰ ਹੈ, ਅਤੇ ਜਿਵੇਂ ਬੁਲਾਕ ਚ ਸੀ ਤੁਸੀਂ ਹੈਰਾਨ ਸੀ ਵੇ ਸੋ ਦਿਖਾ ਕੇ ਬੁਲਾਕ ਤੇ ਨਾ ਕਿਵੇਂ। ਅੱਛਾ ਵਿਵਰਤ ਰੇ ਕਿਨੋ ਕਿ ਬੁਲਾਕ ਚਾਤੀ ਕਿਵੇਂ ਆਉਂਦੇ? ਚਾਚਾ ਬੋਲਾ ਥਕਦਾ ਨੇ ਬੁਲਾਕ ਜਿਵੇਂ ਤਕਰੀਬਨ ਕਿਤੀ ਮੰਨਦਾ ਉਸੇ ਢਾਈ ਮੰਨਦਾ, ਇਹ ਅਢਾਈ ਮੰਨਦਾ ਜੀ, ਇਹ ਅਢਾਈ ਮੰਨਦਾ ਬੁਲਾਕ 'ਚ ਆਏ ਵੇ, ਔਰ ਬਰਫ ਠੱਟੀ ਵੀ ਹੁੰਦੀ, ਅਗਰ ਬੰਦਾ ਇਹਨਾਂ 5 ਸੈਕਿੰਡ 'ਚ ਆਵੇ ਨਾ ਕਿ ਹੱਥ ਠੱਟ ਜਾਫਤੀ ਪਾਉਂਦੇ ਨੇ, ਇਹ ਬੁਲਾਏ ਵੀ ਦੇਖ ਕੱਲੇ ਚਾਹੁੰਦੇ ਹਿੰਮਤ ਇਹਦੀ ਚੈੱਕ ਕਰੋ। ਤਰੀਕਾ ਤੋਂ ਆਪਕੋ ਦੱਸੇ ਨੇ ਪਿਆ ਕਿ ਚੇਨਾ ਕਿਵੇਂ, ਚਾਚਾ ਬੋਲਾ ਚੇਨਾ ਕਿਵੇਂ, ਹੱਥ ਕਿਵੇਂ ਫਸੇ ਨੇ? ਮੋਟੀ ਮੋਟੀ ਕੀ ਹੈ ਵੀ ਦੇਖਿਓ ਬਾ ਬੁਲਾਕ ਵੇਂਦੇ